ਹੈਲੋ ਵਿਊਅਰਸ, ਤੁਹਾਡਾ ਸਵਾਗਤ ਹੈ ਮੇਰੀ ਅੱਜ ਦੀ ਵੀਡੀਓ ਦੇ ਵਿੱਚ। ਅਤੇ ਅੱਜ ਅਸੀਂ ਇਸ਼ੂ ਆਫ ਸ਼ੇਅਰਸ ਦੀ ਜਿਹੜੀ ਨੈਕਸਟ ਵੀਡੀਓ ਜਿਹੜੀ ਲੈ ਕੇ ਆਏ ਹਾਂ ਉਹ ਹੈ ਜੀ ਜਨਰਲ ਐਂਟਰੀਜ਼। ਪਿਛਲੀ ਵੀਡੀਓ ਦੇ ਵਿੱਚ ਤੁਸੀਂ ਬੇਸਿਕ ਚੀਜ਼ਾਂ ਪੜ੍ਹੀਆਂ ਇਸ਼ੂ ਆਫ ਸ਼ੇਅਰਸ ਦੇ ਨਾਲ ਰਿਲੇਟਡ, ਕਿ ਜਿਵੇਂ ਕੰਪਨੀ ਜਿਹੜੀ ਆ ਜਦੋਂ ਕੰਪਨੀ ਨੂੰ ਫਾਈਨੈਂਸ ਦੀ ਨੀਡ ਹੋਵੇ, ਕੰਪਨੀ ਜਿਹੜੀ ਆ ਪ੍ਰੋਸਪੈਕਟਸ ਇਸ਼ੂ ਕਰਕੇ ਆਪਣੇ ਸ਼ੇਅਰ ਇਸ਼ੂ ਕਰਦੀ ਹੈ ਕੈਪੀਟਲ ਇਕੱਠੀ ਕਰਨ ਵਾਸਤੇ। ਸੋ ਜਦੋਂ ਪਬਲਿਕ ਜਿਹੜੀ ਆ ਉਹਦੇ ਸ਼ੇਅਰ ਜਿਹਨੂੰ ਖਰੀਦਦੀ ਆ, ਜਿਹੜੇ ਬੰਦੇ ਜਾਂ ਪਬਲਿਕ ਜਿਹੜੀ ਆ ਜੋ ਸ਼ੇਅਰ ਖਰੀਦਣ ਵਾਲੀ, ਉਹਨਾਂ ਨੂੰ ਸ਼ੇਅਰ ਹੋਲਡਰਸ ਕਿਹਾ ਜਾਂਦਾ। ਅਤੇ ਸ਼ੇਅਰ ਹੋਲਡਰਸ ਨੂੰ ਸ਼ੇਅਰ ਖਰੀਦਣ ਦੇ ਬਦਲੇ ਕੰਪਨੀ ਉਹਨਾਂ ਨੂੰ ਉਹਨਾਂ ਦੇ ਖਰੀਦੇ ਹੋਏ ਸ਼ੇਅਰ ਦੇ ਉੱਪਰ ਡਿਵੀਡੈਂਟ ਪੇ ਕਰਦੀ ਆ ਆਪਣੇ ਪ੍ਰੋਫਿਟ ਦੇ ਵਿੱਚੋਂ ਕੱਢ ਕੇ। ਸੋ ਕੱਲ੍ਹ ਆਪਾਂ ਕਾਫੀ ਕੁਛ ਚੀਜ਼ਾਂ ਜਿਹੜੀਆਂ ਡਿਸਕਸ ਕੀਤੀਆਂ ਸੀ, ਮੈਨੂੰ ਆਸ ਹੈ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਯਾਦ ਹੋਣਗੀਆਂ। ਸੋ ਅੱਜ ਉਹਦੀਆਂ ਜਨਰਲ ਐਂਟਰੀਆਂ ਦੇ ਨਾਲ ਰਿਲੇਟਡ ਆਪਣੀ ਇਹ ਵੀਡੀਓ ਹੈ। ਸੋ ਜਨਰਲ ਐਂਟਰੀ ਜਿਹੜੀਆਂ ਬਿਲਕੁਲ ਸਿੰਪਲ ਜਨਰਲ ਐਂਟਰੀਜ਼ ਨੇ, ਧਿਆਨ ਨਾਲ ਸਿੱਖਿਓ ਤਾਂ ਕਿ ਅਗਲੀ ਆਉਣ ਵਾਲੀਆਂ ਵੀਡੀਓਜ਼ ਜਿਹੜੀਆਂ ਤੁਹਾਡੇ ਵਾਸਤੇ ਆਹ ਬੇਸ ਦਾ ਕੰਮ ਕਰੇ। ਸੋ ਸਭ ਤੋਂ ਪਹਿਲਾਂ ਜਨਰਲ ਐਂਟਰੀ ਦੇ ਵਿੱਚ ਕੀ ਹੋਏਗਾ ਕਿ ਐਗਜ਼ਾਮਪਲ ਲੈ ਕੇ ਸਮਝ ਲੈਂਦੇ ਹਾਂ। ਫੋਰ ਐਗਜ਼ਾਮਪਲ ਕਿ ਜਿਵੇਂ ਕੰਪਨੀ 1 ਲੱਖ ਜਿਹੜੇ ਆ ਸ਼ੇਅਰ ਇਸ਼ੂ ਕਰਦੀ ਆ, ਅਗਰ ਉਹ 1 ਸ਼ੇਅਰ 10 ਰੁਪਏ ਦਾ ਇਸ਼ੂ ਕਰਦੀ ਹੈ, 1 ਲੱਖ ਸ਼ੇਅਰ ਇਸ਼ੂ ਕੀਤੇ, 10 ਰੁਪਏ ਦਾ 1 ਜਿਹੜਾ ਸ਼ੇਅਰ ਇਸ਼ੂ ਕਰਦੀ ਹੈ, ਤਾਂ ਇਹਦਾ ਮਤਲਬ ਇਹ ਹੈ 1 ਲੱਖ × 10, ਯਾਨੀ ਉਹਨਾਂ ਨੇ 10 ਲੱਖ ਦੀ ਜਿਹੜੀ ਕੈਪੀਟਲ ਜਿਹੜੀ ਉਹਨਾਂ ਨੇ ਪਬਲਿਕ ਦੇ ਕੋਲੋਂ ਇਕੱਠੀ ਕਰਨੀ ਹੋਈ ਜਾਂ ਪਬਲਿਕ ਨੂੰ ਇਨਵਾਈਟ ਕਰਨਾ ਹੈ। ਸੋ ਇਹਦੀਆਂ ਕੀ ਐਂਟਰੀਜ਼ ਹੋਣਗੀਆਂ ਇਹ ਵੇਖ ਲੈਂਦੇ ਹਾਂ ਆਪਾਂ। ਜਿਵੇਂ ਮੈਂ ਤੁਹਾਨੂੰ ਸਮਝਾਇਆ ਸੀਗਾ ਕਿ ਕੰਪਨੀ ਜਿਹੜੀ ਆ ਇੰਸਟਾਲਮੈਂਟ ਦੇ ਵਿੱਚ ਪੈਸਾ ਲੈਂਦੀ ਹੈ। ਸੋ ਜੇਕਰ ਆਪਾਂ ਇਹਦੀਆਂ ਇੰਸਟਾਲਮੈਂਟ ਬਣਾਉਂਦੀ ਹੈ, ਮੰਨ ਲਓ ਕਿ ਕੰਪਨੀ 3 ਰੁਪਏ ਐਪਲੀਕੇਸ਼ਨ 'ਤੇ, 2 ਅਲੋਟਮੈਂਟ 'ਤੇ, 2 ਹੀ ਫਸਟ ਕਾਲ 'ਤੇ, ਅਤੇ 3 ਰੁਪਏ ਜਿਹੜੇ ਆ ਉਹ ਫਾਈਨਲ ਕਾਲ ਦੇ ਉੱਪਰ ਲੈਂਦੀ ਹੈ। ਸੋ ਜਿਹੜੇ ਆ ਫਸਟ 3 ਰੁਪਏ ਹੋਣਗੇ ਕੀ ਹੋਣਗੇ, ਐਪਲੀਕੇਸ਼ਨ ਬਣੀ ਹੋਏਗੀ। ਆਹੜੇ 2 ਰੁਪਏ ਹੋਣਗੇ ਇਹ ਕੀ ਹੋਏਗਾ ਜੀ, ਇਹ ਅਲੋਟਮੈਂਟ ਬਣੀ ਹੋਏਗੀ। ਆਹੜੇ 2 ਰੁਪਏ ਨੇ ਇਹ ਫਸਟ ਕਾਲ ਦੇ ਆ, ਆਹ ਜਿਹੜੇ 3 ਰੁਪੀਜ਼ ਨੇ ਇਹ ਸੈਕਿੰਡ ਕਾਲ ਦੇ ਆ। ਸੋ ਹੁਣ ਇਹਦੀਆਂ ਆਪਾਂ ਐਂਟਰੀਜ਼ ਕਰਨੀਆਂ, ਹਰ ਇੱਕ ਦੀਆਂ 2-2 ਐਂਟਰੀਜ਼ ਹੋਣਗੀਆਂ। ਸੋ ਕੁੱਲ ਮਿਲਾ ਕੇ ਆਪਣੀਆਂ 8 ਜਨਰਲ ਐਂਟਰੀਜ਼ ਜਿਹੜੀਆਂ ਇਹਦੇ ਵਿੱਚ ਆਪਾਂ ਕਰਾਂਗੇ। ਸੋ ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ, ਸਭ ਤੋਂ ਪਹਿਲਾਂ ਕੰਪਨੀ ਨੇ ਪਹਿਲੀ ਜਿਹੜੀ ਆ ਕਹਿ ਲਓ ਕਿ ਇੰਸਟਾਲਮੈਂਟ ਜਿਹੜੀ ਆ ਉਹਨਾਂ ਨੇ ਰਿਸੀਵ ਕਰਨੀ ਹੈ, ਯਾਨੀ ਐਪਲੀਕੇਸ਼ਨ ਦਾ ਪੈਸਾ ਰਿਸੀਵ ਕਰਨਾ ਹੈ। ਸੋ ਜਦੋਂ ਵੀ ਆਪਾਂ ਪੈਸਾ ਰਿਸੀਵ ਕਰਦੇ ਹਾਂ, ਸੋ ਬੈਂਕ ਅਕਾਊਂਟ ਡੈਬਿਟ ਹੋਊਗਾ। ਸੋ ਐਂਟਰੀ ਕੀ ਹੋਊਗੀ ਫਸਟ ਵਾਲੀ, ਸਭ ਤੋਂ ਪਹਿਲੀ ਐਂਟਰੀ ਹੋਊਗੀ ਜੀ ਬੈਂਕ ਅਕਾਊਂਟ ਡੈਬਿਟ ਟੂ ਸ਼ੇਅਰ ਐਪਲੀਕੇਸ਼ਨ ਅਕਾਊਂਟ, ਬੈਂਕ ਅਕਾਊਂਟ ਡੈਬਿਟ ਟੂ ਸ਼ੇਅਰ ਐਪਲੀਕੇਸ਼ਨ ਅਕਾਊਂਟ। ਹੁਣ ਕਿੰਨਾ ਪੈਸਾ ਇਹਦੇ ਵਿੱਚ ਪੈ ਜਾਏਗਾ ਜੀ, 1 ਲੱਖ ਨੂੰ ਮਲਟੀਪਲਾਈ ਕਰਕੇ 3 ਦਿਨਾਂ, ਯਾਨੀ 1 ਲੱਖ ਨੂੰ 3 ਦਿਨਾਂ ਮਲਟੀਪਲਾਈ ਕਰਾਂਗੇ। 1 ਲੱਖ ਸ਼ੇਅਰ ਨੇ 3 ਰੁਪੀਜ਼ ਆਪਾਂ ਐਪਲੀਕੇਸ਼ਨ ਦੇ ਉੱਪਰ ਡਿਮਾਂਡ ਕਰ ਰਹੇ ਹਾਂ ਪਬਲਿਕ ਦੇ ਕੋਲੋਂ। ਸੋ 1 ਲੱਖ ਨੂੰ ਜਦੋਂ 3 ਦਿਨਾਂ ਨਾਲ ਮਲਟੀਪਲਾਈ ਕਰਾਂਗੇ ਆਪਾਂ, ਤਾਂ ਆਪਣੇ ਕੋਲ ਜੋ ਅਮਾਊਂਟ ਨਿਕਲ ਕੇ ਆਏਗਾ ਉਹ ਜਾਏਗੀ 3 ਲੱਖ ਰੁਪਏ। ਸੋ 3 ਲੱਖ ਰੁਪਏ ਜਿਹੜਾ ਤੁਸੀਂ ਰਿਸੀਵ ਕੀਤਾ ਐਪਲੀਕੇਸ਼ਨ ਦੇ ਟਾਈਮ 'ਤੇ। ਸੈਕਿੰਡ ਐਂਟਰੀ, ਹੁਣ ਤੁਹਾਡੇ ਕੋਲ ਪੈਸਾ ਰਿਸੀਵ ਹੋ ਗਿਆ ਐਪਲੀਕੇਸ਼ਨ ਦੇ ਵਿੱਚ, ਹੁਣ ਐਪਲੀਕੇਸ਼ਨ ਦਾ ਪੈਸਾ ਜਿਹੜਾ ਤੁਸੀਂ ਟ੍ਰਾਂਸਫਰ ਕਰਨਾ ਸ਼ੇਅਰ ਕੈਪੀਟਲ ਦੇ ਵਿੱਚ। ਸੋ ਜਦੋਂ ਤੁਸੀਂ ਪੈਸਾ ਟ੍ਰਾਂਸਫਰ ਕਰੋਗੇ ਸ਼ੇਅਰ ਕੈਪੀਟਲ 'ਤੇ, ਸ਼ੇਅਰ ਐਪਲੀਕੇਸ਼ਨ ਨੂੰ ਪਹਿਲਾਂ ਤੁਸੀਂ ਡੈਬਿਟ ਕਰੋਗੇ, ਸ਼ੇਅਰ ਐਪਲੀਕੇਸ਼ਨ ਅਕਾਊਂਟ ਡੈਬਿਟ, ਇਹ ਪੈਸਾ ਤੁਸੀਂ ਟ੍ਰਾਂਸਫਰ ਕਰ ਦਿਓਗੇ ਸ਼ੇਅਰ ਕੈਪੀਟਲ ਦੇ ਵਿੱਚ। ਸੋ ਮੈਂ ਸ਼ਾਰਟ ਦੇ ਵਿੱਚ ਲਿਖ ਰਿਹਾ, ਸ਼ੇਅਰ ਨੂੰ ਐਸ ਲਿਖਿਆ ਜੀ, ਧਿਆਨ ਰੱਖਿਓ ਟੂ ਸ਼ੇਅਰ ਕੈਪੀਟਲ। ਤੁਸੀਂ ਐਗਜ਼ਾਮਪਲ ਨੂੰ ਪੂਰਾ ਲਿਖਣਾ, ਤੁਸੀਂ ਸ਼ਾਰਟ ਫਾਰਮ ਦੇ ਵਿੱਚ ਸ਼ਾਰਟ ਫਾਰਮਸ ਯੂਜ਼ ਨਹੀਂ ਕਰਨੀਆਂ, ਤੁਸੀਂ ਪੂਰਾ ਉਹਨੂੰ ਲਿਖਣਾ ਟੂ ਐਸ ਸ਼ੇਅਰ ਕੈਪੀਟਲ ਅਕਾਊਂਟ। ਅਤੇ ਇਹਦੇ ਵਿੱਚ ਵੀ ਸੇਮ ਅਮਾਊਂਟ ਇਹੀ 3 ਲੱਖ ਰੁਪਏ ਜਿਹੜੇ ਚਲੇ ਜਾਣਗੇ। ਸੋ ਇਸ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਪਹਿਲੀ ਐਪਲੀਕੇਸ਼ਨ ਦਾ ਪੈਸਾ ਜਿਹੜਾ ਤੁਸੀਂ ਰਿਸੀਵ ਕੀਤਾ ਉਹਦੀ ਐਂਟਰੀ ਜਿਹੜੀ ਖਤਮ ਹੋ ਚੁੱਕੀ ਹੈ। ਮੈਂ ਇੱਥੇ ਇੱਕ ਬੇਸਿਕ ਕਨਸੈਪਟ ਹੋਰ ਤੁਹਾਨੂੰ ਕਰਵਾਉਣਾ, ਜਦੋਂ ਵੀ ਕਿਉਂਕਿ ਤੁਸੀਂ +1 ਕਲਾਸ ਦੇ ਵਿੱਚ ਤੁਸੀਂ ਪੜ੍ਹਿਆ ਕਿ ਜਦੋਂ ਕੋਈ ਬਿਜ਼ਨਸ ਸਟਾਰਟ ਕੀਤਾ ਜਾਂਦਾ ਤਾਂ ਐਂਟਰੀ ਕੀਤੀ ਜਾਂਦੀ ਹੈ ਬੈਂਕ ਅਕਾਊਂਟ ਡੈਬਿਟ ਟੂ ਕੈਪੀਟਲ ਅਕਾਊਂਟ। ਜਦੋਂ ਕੋਈ ਬਿਜ਼ਨਸ ਸਟਾਰਟ ਕਰਦਾ, ਬੈਂਕ ਅਕਾਊਂਟ ਡੈਬਿਟ ਟੂ ਕੈਪੀਟਲ ਅਕਾਊਂਟ, ਜਦੋਂ ਪੈਸਾ ਬਿਜ਼ਨਸ ਦੇ ਵਿੱਚ ਲਾਇਆ ਜਾਂਦਾ।
ਸੋ ਇੱਥੇ ਵੀ ਸੇਮ ਉਹੀ ਐਂਟਰੀ ਆ। ਦੇਖੋ ਐਂਟਰੀ ਕੀ ਬਣ ਰਹੀ ਆ, ਜੀ ਸ਼ੇਅਰ ਐਪਲੀਕੇਸ਼ਨ ਅਕਾਊਂਟ ਇੱਧਰ ਕ੍ਰੈਡਿਟ ਹੋਇਆ, ਸ਼ੇਅਰ ਐਪਲੀਕੇਸ਼ਨ ਅਕਾਊਂਟ ਇੱਧਰ ਡੈਬਿਟ ਹੋਇਆ। ਜੇ ਆਪਾਂ ਵੇਖੀਏ ਇੱਧਰ ਸ਼ੇਅਰ ਐਪਲੀਕੇਸ਼ਨ ਦਾ ਅਕਾਊਂਟ ਜਿਹੜਾ ਉਹ ਇੱਕ ਜਗ੍ਹਾ 'ਤੇ ਕ੍ਰੈਡਿਟ ਕੀਤਾ ਗਿਆ, ਜਿਹੜਾ ਡੈਬਿਟ ਕੀਤਾ ਗਿਆ, ਸੋ ਇਹ ਅਕਾਊਂਟ ਕੈਂਸਲ ਹੋ ਜਾਣਗੇ ਅਤੇ ਤੁਹਾਡੀ ਐਂਟਰੀ ਕੀ ਬਚੂਗੀ, ਬੈਂਕ ਅਕਾਊਂਟ ਡੈਬਿਟ ਟੂ ਸ਼ੇਅਰ ਕੈਪਿਟਲ ਅਕਾਊਂਟ। ਸੋ ਐਂਟਰੀ ਤੁਹਾਡੀ ਅਜੇ ਵੀ ਹੋ ਰਹੀ ਆ, ਬੇਸਿਕ ਕੰਸੈਪਟ ਅਜੇ ਵੀ ਹੋਏ ਨੇ। ਸੋ ਜੇਕਰ ਤੁਸੀਂ ਪਲੱਸ ਵਨ ਦੇ ਵਿੱਚ ਆਪਣੇ ਬੇਸਿਕ ਕੰਸੈਪਟ ਵਧੀਆ ਤਰੀਕੇ ਦੇ ਨਾਲ ਬਣਾਏ ਹੋਏ ਆ, ਸੋ ਮੇਰੇ ਮੈਂ ਨਹੀਂ ਸਮਝਦਾ ਕਿ ਇਹਦੇ ਵਿੱਚ ਤੁਹਾਨੂੰ ਕੋਈ ਮੁਸ਼ਕਿਲ ਆਊਗੀ। ਸੋ ਹੁਣ ਚੱਲਦੇ ਹਾਂ ਨੈਕਸਟ ਐਂਟਰੀ ਦੀ ਤਰਫ। ਹੁਣ ਸੈਕਿੰਡ ਦੇ ਵਿੱਚ ਕੀ ਕਰਨਾ ਆਪਾਂ, ਅਲੋਟਮੈਂਟ ਦੇ ਆਪਾਂ ਕਿੰਨੇ ਰੁਪਏ ਦੀ ਡਿਮਾਂਡ ਕਰ ਰਹੇ ਹਾਂ ਕੰਪਨੀ ਦੇ ਕੋਲੋਂ, ਕਿੰਨੇ ਕਾਲ ਕਰ ਰਹੇ ਹਾਂ। ਸੋ 2 ਰੁਪਏ ਆਪਾਂ ਮੰਗ ਰਹੇ ਹਾਂ, ਸੋ 2 ਰੁਪਏ ਦੀ ਡਿਮਾਂਡ ਹੈ ਜੀ। ਹੁਣ 1 ਲੱਖ ਦੇ ਉੱਪਰ 2 ਰੁਪਏ ਆਪਾਂ ਮੰਗ ਰਹੇ ਹਾਂ, ਮਤਲਬ 1 ਲੱਖ ਮੀਟਰ ਦਾ 2, ਯਾਨੀ 2 ਲੱਖ ਰੁਪਏ ਆਪਾਂ ਨੂੰ ਆਉਣਾ ਚਾਹੀਦਾ ਸੈਕਿੰਡ ਕਿਸ਼ਤ ਦੇ ਵਿੱਚ। ਸੋ ਹੁਣ ਤੀਸਰਾ, ਸਭ ਤੋਂ ਪਹਿਲਾਂ ਪੈਸਾ ਮੰਗਣ ਦੇ ਲਈ ਹੁਣ ਇੱਥੇ ਪਹਿਲਾਂ ਐਂਟਰੀਆਂ ਕਿੱਦਾਂ ਹੋਣਗੀਆਂ। ਪਹਿਲਾਂ ਤੁਸੀਂ ਅਮਾਊਂਟ ਨੂੰ ਡਿਊ ਕਰੋਗੇ, ਜਿੰਨਾ ਵੀ ਅਮਾਊਂਟ ਤੁਸੀਂ ਪਬਲਿਕ ਦੇ ਕੋਲੋਂ ਡਿਮਾਂਡ ਕਰਦੇ ਹੋ, ਪਹਿਲਾਂ ਤੁਸੀਂ ਅਮਾਊਂਟ ਨੂੰ ਡਿਊ ਕਰੋਗੇ, ਅਗਲੀ ਐਂਟਰੀ ਦੇ ਵਿੱਚ ਰਿਸੀਵ ਕਰੋਗੇ। ਸੋ ਇਹ ਤਿੰਨੇ ਹੀ ਤੁਸੀਂ ਇੰਸਟਾਲਮੈਂਟ ਇਸੇ ਤਰੀਕੇ ਦੇ ਨਾਲ ਰਿਸੀਵ ਕਰੋਗੇ, ਪਹਿਲਾਂ ਡਿਊ ਫਿਰ ਰਿਸੀਵ, ਪਹਿਲਾਂ ਡਿਊ ਫਿਰ ਰਿਸੀਵ। ਸੋ ਹੁਣ ਸਭ ਤੋਂ ਪਹਿਲਾਂ ਅਲੋਟਮੈਂਟ ਡਿਊ ਹੋਊਗੀ। ਸੋ ਅਲੋਟਮੈਂਟ ਡਿਊ ਦੀ ਐਂਟਰੀ ਕੀ ਹੋਊਗੀ ਜੀ, ਸ਼ੇਅਰ ਅਲੋਟਮੈਂਟ ਅਕਾਊਂਟ ਡੈਬਿਟ ਟੂ ਸ਼ੇਅਰ ਕੈਪੀਟਲ ਅਕਾਊਂਟ, ਇਹ ਤੁਹਾਡੀ ਅਲੋਟਮੈਂਟ ਡਿਊ ਦੀ ਐਂਟਰੀ ਹੋਊਗੀ। ਹੁਣ ਤੁਸੀਂ ਕਿੰਨਾ ਪੈਸਾ ਡਿਊ ਕਰਨਾ, ਕਿੰਨਾ ਪੈਸਾ ਰਿਸੀਵ ਕਰਨਾ ਜੀ, 1 ਲੱਖ ਨੂੰ ਤੁਸੀਂ ਮਲਟੀਪਲਾਈ ਕਰੋਗੇ 2 ਰੁਪਏ ਤੁਸੀਂ ਅਲੋਟਮੈਂਟ ਦੇ ਉੱਪਰ ਮੰਗਿਆ। ਸੋ 1 ਲੱਖ ਮਲਟੀਪਲਾਈ 2 ਕਿੰਨਾ ਹੋ ਗਿਆ ਜੀ, 2 ਲੱਖ ਰੁਪਇਆਂ ਨੂੰ ਹੀ ਡਿਊ ਕਰ ਰਿਹਾ। ਇਸ ਤੋਂ ਬਾਅਦ ਜਿਹੜੀ ਨੈਕਸਟ ਐਂਟਰੀ ਹੋਊਗੀ, ਹੁਣ ਡਿਊ ਕਰਨ ਤੋਂ ਬਾਅਦ ਆਪਾਂ ਪੈਸਾ ਰਿਸੀਵ ਕਰਨਾ। ਸੋ ਜਦੋਂ ਵੀ ਪੈਸਾ ਰਿਸੀਵ ਕਰੋਗੇ, ਸੋ ਬੈਂਕ ਅਕਾਊਂਟ ਜਿਹੜਾ ਡੈਬਿਟ ਹੋਊਗਾ। ਸੋ ਬੈਂਕ ਅਕਾਊਂਟ ਡੈਬਿਟ ਟੂ ਸ਼ੇਅਰ, ਕਾਹਦਾ ਪੈਸਾ ਰਿਸੀਵ ਕਰ ਰਹੇ ਹੋ ਜੀ, ਅਲੋਟਮੈਂਟ ਦਾ। ਸੋ ਅਲੋਟਮੈਂਟ ਅਕਾਊਂਟ ਕ੍ਰੈਡਿਟ ਹੋ ਜੂਗਾ, ਸੋ ਪੈਸਾ ਤੁਸੀਂ ਰਿਸੀਵ ਕਰ ਲਓਗੇ 2 ਲੱਖ, ਯਾਨੀ ਆਹ ਐਂਟਰੀ ਦੋਨੇ ਸੇਮ ਅਮਾਊਂਟ ਦੇ ਨਾਲ ਹੋਗੀ, ਬਸ਼ਰਤੇ ਕਿਸੇ ਸ਼ੇਅਰ ਹੋਲਡਰ ਨੇ ਪੈਸਾ ਨਹੀਂ ਪੇ ਕੀਤਾ, ਉਹ ਅਸੀਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਲਵਾਂਗੇ। ਸੋ ਫਿਲਹਾਲ ਤੁਸੀਂ ਇੱਕ ਬੇਸਿਕ ਜਨਰਲ ਐਂਟਰੀ ਨੇ ਤੁਸੀਂ ਸਿੱਖ ਲਓ ਕਿ ਕਿਸ ਤਰੀਕੇ ਨਾਲ ਕੀਤੇ ਜਾਂਦੇ। ਉਸ ਤੋਂ ਬਾਅਦ ਜਿਹੜੀ ਨੈਕਸਟ ਐਂਟਰੀ ਹੋਊਗੀ, ਹੁਣ ਨੈਕਸਟ ਦੇ ਵਿੱਚ ਆਪਾਂ ਕੀ ਕਰਨਾ, ਨੈਕਸਟ ਦੇ ਵਿੱਚ ਆਪਾਂ 2 ਰੁਪਏ ਜਿਹੜੇ ਆ ਫਸਟ ਕਾਲ ਦੇ ਜਿਹੜੇ ਆਪਾਂ ਮਤਲਬ ਮੰਗਣੇ ਆ। ਸੋ ਸਭ ਤੋਂ ਪਹਿਲਾਂ 2 ਰੁਪਏ ਡਿਊ ਕਰਾਂਗੇ ਆਪਾਂ। ਸੋ ਡਿਊ ਕਰਨ ਦੀ ਫਸਟ ਕਾਲ ਦੀ ਕੀ ਐਂਟਰੀ ਹੋਊਗੀ, ਸ਼ੇਅਰ ਫਸਟ ਕਾਲ ਅਕਾਊਂਟ ਡੈਬਿਟ ਟੂ ਸ਼ੇਅਰ ਕੈਪੀਟਲ ਅਕਾਊਂਟ। ਦੇਖੋ ਐਂਟਰੀ ਸੇਮ ਆ, ਇੱਧਰ ਅਲੋਟਮੈਂਟ ਡਿਊ ਹੋਈ ਸੀ, ਅਲੋਟਮੈਂਟ ਡੈਬਿਟ ਕੀਤਾ, ਇੱਥੇ ਫਸਟ ਕਾਲ ਡਿਊ ਹੋਈ, ਇੱਥੇ ਫਸਟ ਕਾਲ ਨੂੰ ਡੈਬਿਟ ਕੀਤਾ, ਬਾਕੀ ਐਂਟਰੀ ਸੇਮ ਆ ਤੁਹਾਡੀ। ਸੋ ਇੱਥੇ ਹੁਣ ਕਿੰਨੇ ਰੁਪਏ ਦੀ ਡਿਮਾਂਡ ਕਰ ਰਹੇ ਹਾਂ, ਕਿੰਨੇ ਆਪਾਂ ਡਿਊ ਕੀਤੇ ਹੋਏ ਆ ਜੀ, 1 ਲੱਖ ਮਲਟੀਪਲਾਈ 2 ਰੁਪਏ ਦੀ ਡਿਮਾਂਡ ਹੈ। ਸੋ 2 ਲੱਖ ਰੁਪਇਆ ਮੈਨੂੰ ਇੱਥੇ ਆਉਂਦਾ, ਸੋ 2 ਲੱਖ ਨਾਲ ਐਂਟਰੀ ਹੋਗੀ। ਉਹਦੇ ਬਾਅਦ 6 ਨੈਕਸਟ ਐਂਟਰੀ ਜਿਹੜੀ ਹੋਊਗੀ, ਇਹਨੂੰ ਪੈਸਾ ਰਿਸੀਵ ਕਰਨ ਦੀ ਐਂਟਰੀ ਹੋਊਗੀ। ਸੋ ਜਦੋਂ ਵੀ ਤੁਸੀਂ ਪੈਸਾ ਰਿਸੀਵ ਕਰੋਗੇ, ਬੈਂਕ ਅਕਾਊਂਟ ਨੂੰ ਤੁਸੀਂ ਫਿਰ ਇੱਧਰ ਡੈਬਿਟ ਕਰੋਗੇ। ਸੋ ਡੈਬਿਟ ਕਰਨ ਤੋਂ ਬਾਅਦ ਇੱਥੇ ਕਾਹਦਾ ਪੈਸਾ ਰਿਸੀਵ ਕੀਤਾ ਜੀ, ਸ਼ੇਅਰ ਫਸਟ ਕਾਲ ਦਾ। ਸੋ ਫਸਟ ਕਾਲ ਨੂੰ ਤੁਸੀਂ ਕ੍ਰੈਡਿਟ ਕਰੋਗੇ ਟੂ ਸ਼ੇਅਰ ਫਸਟ ਕਾਲ ਅਕਾਊਂਟ, ਅਤੇ ਅਮਾਊਂਟ ਤੁਸੀਂ ਰਿਸੀਵ ਕਰੋਗੇ 2 ਲੱਖ, ਠੀਕ ਹੈ ਜੀ। ਸੋ ਇਹ ਤੁਹਾਡੀਆਂ 6 ਐਂਟਰੀਆਂ ਜਿਹੜੀਆਂ ਆਪਾਂ ਆਹ ਖਤਮ ਕਰ ਚੁੱਕੇ, ਅਲੋਟਮੈਂਟ ਹੋ ਗਿਆ ਜੀ, ਫਸਟ ਕਾਲ ਹੋ ਗਈ, ਹੁਣ ਬਚੀ ਆ ਸੈਕਿੰਡ ਕਾਲ। ਹੁਣ ਸੈਕਿੰਡ ਕਾਲ ਜਦੋਂ ਵੀ ਆਪਾਂ ਪੈਸਾ ਡਿਮਾਂਡ ਕਰਾਂਗੇ, ਸਭ ਤੋਂ ਪਹਿਲਾਂ ਆਪਾਂ ਸੈਕਿੰਡ ਕਾਲ ਦਾ ਪੈਸਾ ਡਿਊ ਕਰਾਂਗੇ। ਸੋ ਡਿਊ ਕਰਨ ਦੀ ਐਂਟਰੀ ਹੋਏਗੀ ਸ਼ੇਅਰ ਸੈਕਿੰਡ ਐਂਡ ਫਾਈਨਲ ਕਾਲ। ਦੇਖੋ ਆਖਰੀ ਜਿਹੜੀ ਕਾਲ ਹੈ ਨਾ, ਉਹਦੇ ਨਾਲ ਤੁਸੀਂ ਫਾਈਨਲ ਕਾਲ ਜ਼ਰੂਰ ਲਾਓਗੇ, ਸ਼ੇਅਰ ਸੈਕਿੰਡ ਐਂਡ ਫਾਈਨਲ ਕਾਲ ਅਕਾਊਂਟ ਡੈਬਿਟ ਟੂ ਸ਼ੇਅਰ ਕੈਪੀਟਲ ਅਕਾਊਂਟ। ਇਹ ਤੁਸੀਂ ਪੈਸਾ ਡਿਊ ਕਰ ਲਿਆ, ਹੁਣ ਕਿੰਨਾ ਪੈਸਾ ਰਿਸੀਵ ਹੋਣਾ, 1 ਲੱਖ ਮੰਡੀ ਲੈ 3 ਰੁਪਏ ਦੀ ਡਿਮਾਂਡ ਹੈ ਜੀ, 3 ਰੁਪਏ ਤੁਹਾਨੂੰ ਹੋਣਗੇ ਇੱਥੇ। ਸੋ 3 ਲੱਖ ਰੁਪਏ ਤੁਹਾਨੂੰ ਇੱਥੇ ਡਿਊ ਹੋ ਗਿਆ। ਹੁਣ 3 ਲੱਖ ਡਿਊ ਹੋਣ ਤੋਂ ਬਾਅਦ ਨੈਕਸਟ ਐਂਟਰੀ ਤੁਹਾਡੀ ਹੋਊਗੀ ਇਹਨੂੰ ਰਿਸੀਵ ਕਰਨ ਦੀ। ਸੋ ਰਿਸੀਵ ਕਰਨ ਵਾਸਤੇ ਬੈਂਕ ਅਕਾਊਂਟ ਡੈਬਿਟ ਟੂ ਸ਼ੇਅਰ ਸੈਕਿੰਡ ਐਂਡ
ਕਾਲ ਅਕਾਊਂਟ ਕ੍ਰੈਡਿਟ। ਸੋ ਇਹ ਤੁਸੀਂ ਪੈਸਾ 3 ਲੱਖ ਰਿਸੀਵ ਕਰ ਲਿਆ। ਹੁਣ ਤੁਸੀਂ ਇੱਥੇ ਧਿਆਨ ਦਿਓ, ਜਦੋਂ ਆਪਾਂ ਇਹ ਐਂਟਰੀ ਕੀਤੀਆਂ, ਸਭ ਤੋਂ ਪਹਿਲਾਂ ਕੀ ਕੀਤਾ ਆਪਾਂ? ਐਪਲੀਕੇਸ਼ਨ ਦਾ ਪੈਸਾ ਰਿਸੀਵ ਕੀਤਾ। ਸੋ ਐਪਲੀਕੇਸ਼ਨ ਤੋਂ ਆਪਾਂ 3 ਰੁਪਏ ਆਏ ਆਪਣੇ। ਸਭ ਤੋਂ ਪਹਿਲਾਂ ਤੁਸੀਂ ਪੈਸਾ ਰਿਸੀਵ ਕੀਤਾ ਤਾਂ ਮਤਲਬ ਬੈਂਕ ਅਕਾਊਂਟ ਡੈਬਿਟ ਕੀਤਾ, ਸ਼ੇਅਰ ਐਪਲੀਕੇਸ਼ਨ ਨੂੰ ਕ੍ਰੈਡਿਟ ਕੀਤਾ ਕਿਉਂਕਿ ਐਪਲੀਕੇਸ਼ਨ ਦਾ ਪੈਸਾ ਸੀ। ਨੈਕਸਟ ਐਂਟਰੀ ਦੇ ਵਿੱਚ ਕੀ ਕੀਤਾ? ਐਪਲੀਕੇਸ਼ਨ ਦਾ ਪੈਸਾ ਟ੍ਰਾਂਸਫਰ ਕੀਤਾ ਵਾ ਸ਼ੇਅਰ ਕੈਪੀਟਲ ਦੇ ਵਿੱਚ। ਸੋ ਜੇਕਰ ਤੁਸੀਂ ਇਹਨਾਂ ਦੀਆਂ ਨਰੇਸ਼ਨਸ ਬਣਾਉਣੀਆਂ ਹੋਣ ਤਾਂ ਤੁਸੀਂ ਬਣਾ ਸਕਦੇ ਹੋ ਬੜੇ ਸਿੰਪਲ ਤਰੀਕੇ ਨਾਲ। ਪਹਿਲੀ ਬਣੇਗੀ ਜੀ ਐਪਲੀਕੇਸ਼ਨ ਮਨੀ ਰਿਸੀਵਡ, ਦੂਸਰੀ ਹੋਊਗੀ ਐਪਲੀਕੇਸ਼ਨ ਮਨੀ ਟ੍ਰਾਂਸਫਰ ਟੂ ਸ਼ੇਅਰ ਕੈਪੀਟਲ ਅਕਾਊਂਟ, ਤੀਸਰੀ ਬਣੇਗੀ ਅਲੋਟਮੈਂਟ ਮਨੀ ਡਿਊ, ਚੌਥੀ ਬਣੇਗੀ ਅਲੋਟਮੈਂਟ ਮਨੀ ਰਿਸੀਵਡ, ਪੰਜਵੀਂ ਬਣੇਗੀ ਫਸਟ ਕਾਲ ਮਨੀ ਡਿਊ, ਛੇਵੀਂ ਬਣੇਗੀ ਫਸਟ ਕਾਲ ਮਨੀ ਰਿਸੀਵਡ, ਸੱਤਵੀਂ ਬਣੇਗੀ ਸੈਕਿੰਡ ਕਾਲ ਐਂਡ ਫਾਈਨਲ ਕਾਲ, ਸੈਕਿੰਡ ਐਂਡ ਫਾਈਨਲ ਕਾਲ ਮਨੀ ਡਿਊ, ਐਂਡ ਅੱਠਵੀਂ ਜਿਹੜੀ ਬਣੇਗੀ ਉਹ ਸੈਕਿੰਡ ਸ਼ੇਅਰ ਸੈਕਿੰਡ ਐਂਡ ਫਾਈਨਲ ਕਾਲ ਮਨੀ ਰਿਸੀਵਡ। ਸੋ ਇਹ ਤੁਹਾਡੀਆਂ ਨਰੇਸ਼ਨਸ ਹੋਣਗੀਆਂ। ਸੋ ਮੈਂ ਆਸ ਕਰਦਾ ਕਿ ਤੁਹਾਨੂੰ ਇਹ ਚੀਜ਼ ਕਲੀਅਰ ਹੋ ਗਈ ਹੋਊਗੀ। ਹੁਣ ਮੈਂ ਨੈਕਸਟ ਜਿਹੜੀਆਂ ਜਨਰਲ ਐਂਟਰੀਆਂ ਵੱਲ ਚੱਲਾਂਗਾ। ਨੈਕਸਟ ਜਿਹੜਾ ਟੋਪਿਕ ਹੈ ਜੀ ਇਹਦੇ ਵਿੱਚ ਹੀ ਆਪਣਾ ਜਨਰਲ ਐਂਟਰੀਆਂ ਦੇ ਵਿੱਚ, ਕਿ ਇਫ ਸ਼ੇਅਰਸ ਆਰ ਇਸ਼ੂ ਟੂ ਪ੍ਰਮੋਟਰਸ, ਕਿ ਜੇਕਰ ਅਸੀਂ ਪ੍ਰਮੋਟਰਸ ਨੂੰ ਸ਼ੇਅਰ ਇਸ਼ੂ ਕਰ ਰਹੇ ਹਾਂ ਤਾਂ ਕੀ ਉਹਦੀ ਐਂਟਰੀ ਕੀਤੀ ਜਾਵੇ। ਪ੍ਰਮੋਟਰਸ ਉਹ ਨੇ ਜਿਹੜੇ ਕਿ ਕੰਪਨੀ ਨੂੰ ਸਟਾਰਟ ਕਰਨ ਦੇ ਵਿੱਚ ਹੈਲਪ ਕਰਦੇ ਆ। ਸੋ ਪ੍ਰਮੋਟਰਸ ਨੂੰ ਜੇਕਰ ਤੁਸੀਂ ਸ਼ੇਅਰ ਇਸ਼ੂ ਕਰ ਰਹੇ ਹੋ, ਸੋ ਉਹਦੀ ਐਂਟਰੀ ਆਪਾਂ ਕੀ ਕਰਨੀ ਹੈ? ਉਹਦੀ ਐਂਟਰੀ ਹੋਊਗੀ ਜੀ ਇਨਕਾਰਪੋਰੇਸ਼ਨ ਕੋਸਟ ਅਕਾਊਂਟ ਡੈਬਿਟ, ਕੋਸਟ ਅਕਾਊਂਟ ਡੈਬਿਟ ਟੂ ਸ਼ੇਅਰ ਕੈਪੀਟਲ ਅਕਾਊਂਟ। ਸੋ ਇਹ ਆਪਣੀ ਐਂਟਰੀ ਹੋਊਗੀ ਪ੍ਰਮੋਟਰਸ ਨੂੰ ਸ਼ੇਅਰ ਇਸ਼ੂ ਕਰਨ ਦੀ। ਨੈਕਸਟ ਇਹਦੇ ਵਿੱਚ ਅਸੀਂ ਕਰਨ ਲੱਗੇ ਹਾਂ, ਨੈਕਸਟ ਜਿਹੜਾ ਆਪਣਾ ਟੋਪਿਕ ਹੋਏਗਾ ਉਹ ਹੈ ਸ਼ੇਅਰ ਇਸ਼ੂ ਐਕਸਪੈਂਸਿਸ ਇਨਕਲੂਡ, ਯਾਨੀ ਸ਼ੇਅਰ ਇਸ਼ੂ ਕਰਨ ਦੇ ਉੱਪਰ ਜਿਹੜੇ ਤੁਹਾਡੇ ਐਕਸਪੈਂਸਿਸ ਹੁੰਦੇ ਆ, ਸੋ ਉਹਦੀ ਕੀ ਜਨਰਲ ਐਂਟਰੀ ਹੋਊਗੀ ਉਹ ਆਪਾਂ ਕਰਦੇ ਹਾਂ। ਸੋ ਜਦੋਂ ਵੀ ਕੋਈ ਐਕਸਪੈਂਸ ਪੇ ਕੀਤਾ ਜਾਂਦਾ, ਜੇ ਆਪਾਂ ਬੇਸਿਕ ਕੰਸੈਪਟ ਯਾਦ ਰੱਖਦੇ ਹਾਂ ਤਾਂ ਕੀ ਹੋਊਗਾ? ਜੇ ਰੈਂਟ ਪੇ ਕੀਤਾ ਤਾਂ ਰੈਂਟ ਟੂ ਬੈਂਕ, ਜੇ ਤੁਸੀਂ ਕੋਈ ਵੀ ਟੈਲੀਫੋਨ ਐਕਸਪੈਂਸ ਪੇ ਕੀਤੇ ਟੈਲੀਫੋਨ ਐਕਸਪੈਂਸਿਸ ਟੂ ਬੈਂਕ। ਯਾਨੀ ਕਹਿਣ ਦਾ ਮਤਲਬ ਹੈ ਕਿ ਜਦੋਂ ਵੀ ਆਪਾਂ ਕੋਈ ਐਕਸਪੈਂਸ ਪੇ ਕਰਦੇ ਹਾਂ, ਵੈਸੇ ਤਾਂ ਤੁਸੀਂ ਰੂਲ ਦੇ ਵਿੱਚ ਪੜ੍ਹਿਆ ਕਿ ਆਲ ਐਕਸਪੈਂਸਿਸ ਐਂਡ ਲੋਸਿਸ ਆਰ ਡੈਬਿਟਡ, ਸੋ ਜਿੰਨੇ ਵੀ ਐਕਸਪੈਂਸ ਜਾਂ ਲੋਸਿਸ ਹੋਣਗੇ ਉਹ ਡੈਬਿਟ ਹੋਣਗੇ। ਸੋ ਇੱਥੇ ਹੁਣ ਸ਼ੇਅਰ ਇਸ਼ੂ ਐਕਸਪੈਂਸਿਸ ਨੇ ਆਪਣੇ, ਸੋ ਇਹਨਾਂ ਨੂੰ ਇਹਨਾਂ ਦੇ ਨਾਂ ਤੋਂ ਹੀ ਲਿਖਾਂਗੇ, ਜਿਹਨੂੰ ਲਿਖਾਂਗੇ ਕਿ ਸ਼ੇਅਰ ਇਸ਼ੂ ਐਕਸਪੈਂਸਿਸ ਅਕਾਊਂਟ ਡੈਬਿਟ ਟੂ ਬੈਂਕ ਅਕਾਊਂਟ। ਸੋ ਇਹ ਤੁਹਾਡਾ ਜਿਹੜਾ ਟੋਪਿਕ ਇਹ ਵੀ ਕਲੀਅਰ ਹੋ ਗਿਆ। ਸੋ ਇਹ ਵੀ ਜਨਰਲ ਐਂਟਰੀ ਤੁਹਾਨੂੰ ਕਲੀਅਰ ਹੋ ਗਈ ਕਿ ਜੇਕਰ ਪ੍ਰਮੋਟਰ ਨੂੰ ਜੇਕਰ ਤੁਸੀਂ ਸ਼ੇਅਰ ਇਸ਼ੂ ਕਰਦੇ ਹੋ, ਸੋ ਇਨਕਾਰਪੋਰੇਸ਼ਨ ਕੋਸਟ ਅਕਾਊਂਟ ਡੈਬਿਟ ਟੂ ਸ਼ੇਅਰ ਕੈਪੀਟਲ। ਸੋ ਜੇਕਰ ਸ਼ੇਅਰ ਇਸ਼ੂ ਐਕਸਪੈਂਸਿਸ ਜਿਹੜੇ ਤੁਹਾਡੇ ਹੋਏ ਆ, ਸੋ ਸ਼ੇਅਰ ਇਸ਼ੂ ਐਕਸਪੈਂਸਿਸ ਅਕਾਊਂਟ ਡੈਬਿਟ ਟੂ ਬੈਂਕ। ਸੋ ਇਹ ਐਂਟਰੀ ਤੁਹਾਡੀਆਂ ਮੈਂ ਆਸ ਕਰਦਾ ਕਿ ਇਹ ਵੀ ਕਲੀਅਰ ਹੋ ਗਈਆਂ ਹੋਣਗੀਆਂ। ਹੁਣ ਸੋ ਨੈਕਸਟ ਜਿਹੜਾ ਆਪਣਾ ਟੋਪਿਕ ਹੈ ਉਹ ਕੀ ਹੈ? ਇਫ ਸ਼ੇਅਰਸ ਆਰ ਇਸ਼ੂਡ ਟੂ ਅੰਡਰ ਰਾਈਟਰਸ ਫੋਰ ਅੰਡਰ ਰਾਈਟਿੰਗ ਕਮਿਸ਼ਨ, ਯਾਨੀ ਜੇਕਰ ਤੁਸੀਂ ਅੰਡਰ ਰਾਈਟਿੰਗ ਕਮਿਸ਼ਨ ਜਿਹੜਾ ਵਾ ਅੰਡਰ ਰਾਈਟਿੰਗ ਕਮਿਸ਼ਨ ਦੇ ਤੌਰ 'ਤੇ ਅੰਡਰ ਰਾਈਟਰਸ ਨੂੰ ਜੇਕਰ ਤੁਸੀਂ ਆਪਣੇ ਸ਼ੇਅਰ ਇਸ਼ੂ ਕਰ ਰਹੇ ਹੋ, ਸੋ ਉਹਦੀ ਐਂਟਰੀ ਕੀ ਹੋਊਗੀ ਉਹ ਆਪਾਂ ਇੱਥੇ ਸਿੱਖਣੀ ਆ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਅੰਡਰ ਰਾਈਟਰਸ ਕੌਣ ਨੇ। ਸੋ ਅੰਡਰ ਰਾਈਟਰਸ ਉਹ ਪਰਸਨ ਨੇ ਜਾਂ ਉਹ ਬੰਦੇ ਨੇ ਜਿਨ੍ਹਾਂ ਨੇ ਤੁਹਾਡੇ ਸ਼ੇਅਰ ਨੂੰ ਸੇਲ ਕਰਨ ਦੇ ਲਈ ਕੰਪਨੀ ਦੀ ਗਰੰਟੀ ਚੁੱਕੀ ਹੋਈ ਹੈ। ਇੱਕ ਹਿਸਾਬ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਇਹ ਇੱਕ ਇੰਸ਼ੋਰੈਂਸ ਕਰਨ ਵਾਂਗੂ ਹੈ, ਜਿੱਦਾਂ ਵੀ ਕਿਸੇ ਬੰਦੇ ਨੇ ਤੁਹਾਡੀ ਇੰਸ਼ੋਰੈਂਸ ਕੀਤੀ ਹੈ। ਸੋ ਇੱਥੇ ਸ਼ੇਅਰ ਦੀ ਸਮਝੋ ਕਿ ਇੰਸ਼ੋਰੈਂਸ ਕੀਤੀ ਉਹਨਾਂ ਨੇ, ਵੀ ਜੇ ਤੁਹਾਡੇ ਸ਼ੇਅਰ ਪਬਲਿਕ ਖਰੀਦੀ ਆ ਫਿਰ ਤਾਂ ਠੀਕ ਹੈ, ਜੇ ਨਹੀਂ ਖਰੀਦੀ ਤਾਂ ਇਹਨਾਂ ਨੇ ਗਰੰਟੀ ਚੁੱਕੀ ਹੋਈ ਆ ਇਹ ਤੁਹਾਡੇ ਸ਼ੇਅਰ ਜਿਹੜੇ ਆ ਸੇਲ ਕਰਵਾ ਕੇ ਦੇਣਗੇ। ਸੋ ਇਹਨਾਂ ਨੂੰ ਆਪਾਂ ਕਮਿਸ਼ਨ ਪੇ ਕਰਨਾ ਉਹਨਾਂ ਨੂੰ ਸੇਲ ਕਰਵਾਉਣ ਦੇ ਲਈ। ਸੋ ਅੰਡਰ ਰਾਈਟਰਸ ਜਿਹੜੇ ਆ ਇਹ ਤੁਹਾਡੇ ਸ਼ੇਅਰ ਦੀ ਗਰੰਟੀ ਚੁੱਕਦੇ ਆ ਉਹਨੂੰ ਮੁਕਾਉਣ ਦੇ ਲਈ ਜਾਂ ਸੇਲ ਕਰਵਾਉਣ ਦੇ ਲਈ। ਸੋ ਅੰਡਰ ਰਾਈਟਰਸ ਨੂੰ ਜਦੋਂ ਤੁਸੀਂ ਕਮਿਸ਼ਨ ਜਿਹੜਾ ਵਾ ਪੇ ਕਰੋਗੇ, ਤੁਸੀਂ ਉਹਦੀ ਐਂਟਰੀ ਹੋਊਗੀ ਅੰਡਰ ਰਾਈਟਿੰਗ
ਕਮਿਸ਼ਨ ਅਕਾਊਂਟ ਡੈਬਿਟ ਟੂ ਅੰਡਰਰਾਈਟਰਸ ਅਕਾਊਂਟ। ਸੋ ਅੰਡਰਰਾਈਟਰਸ ਅਕਾਊਂਟ, ਸੋ ਇੱਥੇ ਕੀ ਕੀਤਾ ਜੀ, ਇੱਥੇ ਤੁਸੀਂ ਅਮਾਊਂਟ ਡਿਊ ਕੀਤਾ, ਜਿੰਨਾ ਵੀ ਪੈਸਾ ਤੁਸੀਂ ਦੇਣਾ ਅਮਾਊਂਟ ਡਿਊ ਹੋ ਗਿਆ ਅੰਡਰਰਾਈਟਰ ਅੰਡਰਰਾਈਟਰ ਨੂੰ। ਅਤੇ ਨੈਕਸਟ ਐਂਟਰੀ ਦੇ ਵਿੱਚ ਕੀ ਕਰੋਗੇ ਤੁਸੀਂ, ਨੈਕਸਟ ਐਂਟਰੀ ਦੇ ਵਿੱਚ ਤੁਸੀਂ ਅੰਡਰਰਾਈਟਰਸ ਨੂੰ ਪੇ ਕਰੋਗੇ। ਸੋ ਨੈਕਸਟ ਐਂਟਰੀ ਹੋਊਗੀ ਅੰਡਰਰਾਈਟਰਸ ਅਕਾਊਂਟ ਡੈਬਿਟ ਟੂ, ਹੁਣ ਕਿਉਂਕਿ ਤੁਸੀਂ ਉਹਨਾਂ ਨੂੰ ਸ਼ੇਅਰ ਇਸ਼ੂ ਕਰ ਰਹੇ ਹੋ, ਸੋ ਅੰਡਰਰਾਈਟਰ ਅਕਾਊਂਟ ਡੈਬਿਟ ਟੂ ਸ਼ੇਅਰ ਕੈਪੀਟਲ ਅਕਾਊਂਟ। ਸੋ ਮੇਰੇ ਖਿਆਲ ਨਾਲ ਹੁਣ ਤੁਸੀਂ ਸਮਝ ਹੀ ਗਏ ਹੋਗੇ ਕਿ ਹੁਣ ਅੰਡਰਰਾਈਟਰ ਨੇ ਪੈਸਾ ਰਿਸੀਵ ਕਰ ਲਿਆ, ਸੋ ਡੈਬਿਟ ਵਟ ਕਮਸ ਇਨ। ਸੋ ਇਹਦੇ ਅਕੋਰਡਿੰਗ ਆਹ ਤੁਹਾਡੀਆਂ ਸਾਰੀਆਂ ਜਨਰਲ ਐਂਟਰੀ ਸੀਗੀਆਂ, ਅਤੇ ਮੈਂ ਆਸ ਕਰਦਾ ਕਿ ਮੈਂ ਤੁਹਾਨੂੰ ਜਨਰਲ ਐਂਟਰੀ ਚੰਗੇ ਤਰੀਕੇ ਦੇ ਨਾਲ ਕਲੀਅਰ ਕਰਵਾਈਆਂ ਹੋਣਗੀਆਂ। ਸੋ ਹੁਣ ਨੈਕਸਟ ਜਿਹੜੀ ਵੀਡੀਓ ਹੋਊਗੀ ਆਪਣੀ, ਉਹਦੇ ਵਿੱਚ ਆਪਾਂ ਇੱਕ ਬੇਸਿਕ ਕੁਸ਼ਚਨਸ ਲਵਾਂਗੇ ਜਾਂ ਹੋਰ ਥੋੜ੍ਹੇ ਬੇਸਿਕ ਕਨਸੈਪਟਸ ਲਵਾਂਗੇ, ਜਿਨ੍ਹਾਂ ਦੇ ਵਿੱਚ ਤੁਹਾਡੇ ਜਿਹੜੇ ਹੋਰ ਡਾਊਟਸ ਨੇ ਚੈਪਟਰ ਦੇ ਉਹ ਕਲੀਅਰ ਕੀਤੇ ਜਾਣਗੇ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।